ਬਹੁਤ ਪੋਲੂਸ਼ਨ ਕਰਦੀ ਜਾ ਰਹੀ ਆ ਬਸ, ਇਹ ਵੀ ਹਾਲੇ ਹੀ ਜਾ ਰਹੀ ਆ। ਵੈਸੇ ਇੱਧਰ ਨੂੰ ਬਹੁਤ ਲੋਕ ਜਾਂਦੇ ਆ, ਵਧੀਆ ਰੂਟ ਆ, ਸਾਫ਼ ਸੁਥਰਾ ਰੂਟ ਆ, ਜੇ ਕਿਸੇ ਨੇ ਆਉਣਾ ਇੱਧਰ ਜ਼ਰੂਰ ਘੁੰਮੇ। ਆਹ ਸਾਡੇ ਨਾਲ ਦੇ ਆਵੇ ਸਰਦਾਰ ਸਾਹਿਬ, ਨਾਲ ਆਪਣੇ ਪਟਿਆਲਾ ਤੋਂ ਵੀਰ ਜਸਵੀਰ ਜੀ। ਵੈਸੇ ਥੋੜ੍ਹੀ ਥੋੜ੍ਹੀ ਬਾਰਿਸ਼ ਵੀ ਹੋਣ ਦੀ ਆ, ਰਸਤੇ ਥੋੜ੍ਹੀ ਥੋੜ੍ਹੀ ਬਾਰਿਸ਼ ਹੁੰਦੀ। ਸਾਨੂੰ ਹੋਟਲ ਵਾਲੇ ਨੇ ਕਿਹਾ ਸੀਗਾ, ਕਹਿੰਦੇ ਭਾਅ ਜੀ ਜਿੱਥੇ ਬਾਰਿਸ਼ ਹੋਣ ਲੱਗ ਪਏ ਰੁਕਿਓ ਨਾ, ਬਸ ਖਿੱਚੀ ਜਾਇਓ, ਵੀ ਕਿਤੇ ਕਿਤੇ ਕਲਾਊਡ ਹੁੰਦਾ ਉੱਥੇ ਉੱਥੇ ਬਾਰਿਸ਼ ਹੁੰਦੀ, ਬਾਕੀ ਜਿੱਦਾਂ ਤੁਸੀਂ ਲੰਘੇ ਅੱਗੇ ਕਿਤੇ ਬਾਰਿਸ਼ ਨਹੀਂ। ਜਿੱਦਾਂ ਪੰਜਾਬ 'ਚ ਬਾਰਿਸ਼ ਹੁੰਦੀ ਨਾ ਰਜਵੀਂ, ਇੱਦਾਂ ਨਹੀਂ ਹੁੰਦੀ ਇੱਥੇ। ਬਾਕੀ ਜੇ ਕਿਸੇ ਨੇ ਇੱਧਰ ਆਉਣਾ ਆ ਤਾਂ ਜ਼ਰੂਰ ਆਓ, ਵਧੀਆ ਰੋਡ ਆ, ਸਾਫ਼ ਸੁਥਰਾ ਰੋਡ ਆ, ਠੀਕ ਆ, ਕਾਰਾਂ ਵਾਸਤੇ ਕੋਈ ਇੱਥੇ ਟੁੱਟਾ ਨਹੀਂ ਹੈਗਾ। ਜੇ ਕਿਤੇ ਰਾਹ ਦੇ ਵਿੱਚ ਟੁੱਟਾ ਹੋਊਗਾ ਰੋਡ 'ਚ, ਮੈਂ ਜ਼ਰੂਰ ਦੱਸੂਗਾ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਨੇ। ਮੈਂ ਤੁਹਾਡਾ ਆਪਣਾ ਐਮੀ ਸਿੰਘ, ਹੁਣੀ ਉੱਠੇ ਹਾਂ, ਹਜੇ ਨਹਾਤੇ ਵੀ ਨਹੀਂ ਹੈਗੇ ਕਿਉਂਕਿ ਇੱਥੇ ਹੈ ਨਾ ਠੰਡਾ ਪਾਣੀ ਆ, ਗਰਮ ਪਾਣੀ ਨਹੀਂ ਮਿਲ ਰਿਹਾ। ਅਸੀਂ ਕੱਲ੍ਹ ਲੇਹ ਲੱਦਾਖ ਤੋਂ ਤੁਰੇ ਸੀਗੇ, ਅਸੀਂ ਆਉਣਾ ਸੀਗਾ ਹਾਨਲੇ, ਤਕਰੀਬਨ ਲੇਹ ਤੋਂ 250 ਕਿਲੋਮੀਟਰ ਆ ਹਾਨਲੇ। ਰਸਤੇ 'ਚ ਮੀਂਹ ਬਹੁਤ ਪੈਣ ਲੱਗ ਪਿਆ, ਜਿਹਦੇ ਕਰਕੇ ਪ੍ਰੋਪਰ ਸ਼ੂਟ ਵੀ ਨਹੀਂ ਹੋਇਆ, ਅਤੇ ਇੰਨੇ ਕੁ ਭਿੱਜ ਗਏ ਸੀਗੇ। ਅਤੇ ਅਸੀਂ ਆਪਣਾ ਕਹਿ ਲਓ ਕਿ ਕੋਈ ਕੱਪੜਾ ਵੀ ਨਹੀਂ ਅਸੀਂ ਇੱਦਾਂ ਦਾ ਲਿਆ ਸੀਗਾ ਜਿਹੜਾ ਕੋਈ ਵਾਟਰਪਰੂਫ ਹੋਵੇ ਵੀ, ਜਾਂ ਵੀ ਅਸੀਂ ਬਚ ਸਕੀਏ। ਰੇਨਕੋਟ ਲਿਆ ਸੀਗਾ, ਉਹ ਲਿਆ ਤਾਂ ਉਹਦੇ ਕੋਲ ਟ੍ਰਿਪਲ ਐਕਸਲ ਸੀਗਾ, ਬਟ ਉਹ ਨਿਕਲਿਆ ਛੋਟਾ, ਮੇਰੇ ਆਇਆ ਨਹੀਂ, ਭਾਅ ਜੀ ਨਾਲ ਦੇ ਆ ਗਿਆ। ਮੇਰੀ ਪੈਂਟ ਵੀ ਗਿੱਲੀ, ਟੀ ਸ਼ਰਟ ਵੀ, ਜੈਕਟ ਵੀ, ਸਾਰਾ ਕੁਛ ਗਿੱਲਾ ਹੋ ਗਿਆ। ਈਵਨ ਕਿ ਯਾਰ ਬਿਮਾਰ ਹੋਣ ਵਾਲਾ ਕੰਮ ਹੋ ਗਿਆ ਸੀਗਾ, ਗਲਵਸ ਵੀ ਨਹੀਂ ਲਏ ਸੀਗੇ ਵੀ ਅਸੀਂ ਉੱਥੋਂ ਉੱਦਾਂ ਨਿਕਲ ਗਏ ਰੈਂਡਮਲੀ। ਅਸੀਂ ਇਹ ਟੂਰ ਵੈਸੇ ਹੀ ਬਿਨਾਂ ਪਲੈਨਿੰਗ ਤੋਂ ਆਏ ਹਾਂ, ਜਿਹਦੇ ਕਰਕੇ ਨਾ ਬਹੁਤ ਪ੍ਰੋਬਲਮਾਂ ਆਈਆਂ, ਉਹਦਾ ਨਾ ਸਾਰੀਆਂ ਪ੍ਰੋਬਲਮਾਂ ਸ਼ੇਅਰ ਕਰਾਂਗੇ। ਵੀ ਜੇ ਕੋਈ ਆਉਣਾ ਚਾਹੁੰਦਾ ਆ, ਵੀ ਕੋਈ ਵੀ ਬੰਦਾ ਬਿਨਾਂ ਕਿਸੇ ਪਲੈਨਿੰਗ ਤੋਂ ਨਾ ਆਵੇ। ਵੈਸੇ ਮੈਨੂੰ ਇੰਨਾ ਵਧੀਆ ਬੋਲਣਾ ਨਹੀਂ ਆਉਂਦਾ, ਮੈਂ ਸ਼ੁਰੂਆਤ ਕਰ ਰਿਹਾ ਹਾਂ, ਤੁਸੀਂ ਸਾਥ ਦਿਓ ਸਾਰਿਆਂ ਨੇ, ਵੀ ਬਿਨਾਂ ਪਲੈਨਿੰਗ ਤੋਂ ਨਾ ਆਵੇ ਕਿਉਂਕਿ ਅਸੀਂ ਬਿਨਾਂ ਪਲੈਨਿੰਗ ਤੋਂ ਆਏ ਸੀ, ਅਸੀਂ ਬਹੁਤ ਤੰਗ ਹੋਏ, ਬਹੁਤ ਜ਼ਿਆਦਾ ਤੰਗ ਹੋਏ। ਅਤੇ ਹੁਣ ਅਸੀਂ ਹਾਲੇ ਤਾਂ ਗਏ ਨਹੀਂ ਕਿਉਂਕਿ ਮੀਂਹ ਇੰਨਾ ਜ਼ਿਆਦਾ ਪੈ ਜਾਂਦਾ ਸੀਗਾ। ਹਾਲੇ ਇੱਥੋਂ ਹੈਗਾ ਆ ਤਕਰੀਬਨ ਰਹਿ ਗਿਆ ਕੋਈ 65 ਕਿਲੋਮੀਟਰ ਰਹਿ ਗਿਆ, ਅਸੀਂ ਰੁਕੇ ਨਾਇਓਮਾ, ਇੱਥੇ ਰੁਕੇ। ਇੱਥੇ ਸਾਨੂੰ ਗੈਸਟ ਹਾਊਸ ਮਿਲ ਗਿਆ, ਉਹ ਮੈਂ ਤੁਹਾਨੂੰ ਹੁਣ ਥੋੜ੍ਹਾ ਜਿਹਾ ਵਿਊ ਦਿਖਾ ਦਿੰਦਾ ਵੀ ਕਿੱਦਾਂ ਦਾ। ਇੱਥੇ ਸਾਹਮਣੇ ਬਹੁਤ ਸੋਹਣੇ ਪਹਾੜ ਆ, ਅਤੇ ਆ ਥੋੜ੍ਹੀਆਂ ਜਿਹੀਆਂ ਬਿਲਡਿੰਗਾਂ ਬਣੀਆਂ ਇੱਥੇ, ਬਸ ਹੈ ਕੋਈ ਖਾਸ ਨਹੀਂ ਹੈਗਾ। ਆ ਜਿੱਥੇ ਗੱਡੀ ਲੱਗੀ ਹੋਈ ਆ ਆਹੀ ਗੈਸਟ ਹਾਊਸ ਆ, ਇੱਥੇ ਸਾਨੂੰ ਰੂਮ ਮਿਲ ਗਿਆ। ਇਹਨਾਂ ਨੇ ਪਰ ਪਰਸਨ 900 ਰੁਪਏ ਦੇ ਹਿਸਾਬ ਨਾਲ ਸਾਨੂੰ ਦਿੱਤਾ ਵਿਦ ਫੂਡ, ਫਿਰ ਵੀ ਠੀਕ ਆ ਜੋ ਇਹਨਾਂ ਨੇ ਦਿੱਤਾ ਠੀਕ ਆ। ਅਤੇ ਨਾਇਓਮੀ ਦੇ ਵਿੱਚ ਜੇ ਤੁਸੀਂ ਰੁਕਦੇ ਆ ਤਾਂ ਇੱਥੇ ਰੁਕ ਜਾਓ, ਠੀਕ ਠਾਕ ਆ, ਵਧੀਆ ਆ, 900 ਰੁਪਇਆ ਹੁੰਦਾ ਕੁਛ ਨਹੀਂ ਹੈਗਾ, ਬਟ ਇਹਨਾਂ ਨੇ ਬਹੁਤ ਵਧੀਆ ਫੈਸਿਲਿਟੀ ਦਿੱਤੀ। ਉਹ ਸਾਡੇ ਇੱਕ ਨਾਲ ਦਾ ਵੀਰ ਉਹ ਉੱਪਰ ਛੱਤ 'ਤੇ ਚੜਿਆ ਹੋਇਆ, ਬਾਰਿਸ਼ ਤਾਂ ਅੱਜ ਵੀ ਹੋ ਰਹੀ ਆ, ਕਾਫੀ ਹੋ ਰਹੀ ਆ, ਅਤੇ ਬਾਕੀ ਇਹ ਆ ਵੀ ਥੋੜ੍ਹੀ ਘਟੀ ਆ ਅੱਗੇ ਨਾਲੋਂ। ਕੱਲ੍ਹ ਬਹੁਤ ਜ਼ਿਆਦਾ ਤੇਜ਼ ਸੀਗੀ ਅਤੇ ਰਾਤੀ ਮੈਨੂੰ ਫੀਵਰ ਵੀ ਕਾਫੀ ਹੋ ਗਿਆ ਸੀਗਾ, ਮੈਡੀਸਿਨ ਵਗੈਰਾ ਲਈ ਉਹਦੇ ਕਰਕੇ ਥੋੜ੍ਹਾ ਸਹੀ ਹੋਇਆ। ਬਟ ਇੱਕ ਗੱਲ ਮੈਂ ਕਹਿ ਸਕਦਾ ਕਿ ਇਹ ਜਗ੍ਹਾ ਜੰਨਤ ਆ, ਵੀ ਬਹੁਤ ਬਿਮਾਰ ਹੋਣ ਦੇ ਬਾਵਜੂਦ ਵੀ ਮੈਂ ਗੱਲ ਕਹਿ ਰਿਹਾ ਕਿਉਂਕਿ ਇੱਥੇ ਦਾ ਮਾਹੌਲ ਵੀ ਜੋ ਇੱਥੇ ਫਰੈਸ਼ਨੈਸ ਆ ਬਹੁਤ ਵਧੀਆ। ਹੁਣ ਅਸੀਂ ਹਾਲੇ ਨਹੀਂ ਜਾਵਾਂਗੇ ਕਿਉਂਕਿ ਹਾਲੇ ਸਾਡਾ ਜਾਣ ਦਾ ਮੇਨ ਮੋਟਿਵ ਇਹ ਸੀਗਾ ਕਿ ਉੱਥੇ ਨਾ ਰਾਤ ਨੂੰ ਜਿੱਦਾਂ ਤਾਰੇ ਵਗੈਰਾ ਬਹੁਤ ਸੋਹਣੇ ਦਿਖਦੇ ਆ, ਕਹਿੰਦੇ ਵੀ ਸਭ ਤੋਂ ਵਧੀਆ ਫੋਟੋਗ੍ਰਾਫੀ ਲਈ ਜਿੱਦਾਂ ਜਿਹੜੇ ਤਾਰਿਆਂ ਦੀਆਂ ਫੋਟੋਆਂ ਖਿੱਚਦੇ ਆ ਉਹਨਾਂ ਲਈ ਬਹੁਤ ਵਧੀਆ। ਅਤੇ ਅਸੀਂ ਉਸ ਚੀਜ਼ ਕਰਕੇ ਗਏ ਸੀਗੇ, ਬਟ ਇੱਥੇ ਬੱਦਲ ਹੋਣ ਕਰਕੇ ਅਤੇ ਅਸੀਂ ਹੁਣ ਹਾਲੇ ਨਹੀਂ ਜਾ ਰਹੇ। ਇੱਥੇ ਲਾਗੇ ਇੱਕ ਸੁਮਰੀਰੀ ਆ, ਸ਼ਾਇਦ ਨਾਮ ਲੈਣ ਦੇ ਵਿੱਚ ਮੇਰੇ ਤੋਂ ਗਲਤੀ ਹੋਈ ਜਾਵੇ, ਸੁਮਰੀਰੀ ਵੀ ਇੱਥੋਂ ਤਕਰੀਬਨ 78 ਆ। ਅਸੀਂ ਹੁਣ ਸੁਮਰੀਰੀ ਜਾ ਰਹੇ ਹਾਂ ਅਸੀਂ ਸੁਮਰੀਰੀ, ਹੁਣ ਉਹਨੂੰ ਐਕਸਪਲੋਰ ਕਰਾਂਗੇ। ਉੱਥੇ ਲੇਕ ਹੈਗੀ ਆ ਬਹੁਤ ਵਧੀਆ ਬਣੀ ਹੋਈ, ਅਤੇ ਉਹਦੇ ਬਾਰੇ ਤੁਹਾਨੂੰ ਕੁਛ ਦੱਸਾਂਗੇ। ਕੱਲ੍ਹ ਰਸਤੇ ਦੇ ਵਿੱਚ ਅਸੀਂ ਸ਼ੂਟ ਨਹੀਂ ਕਰ ਸਕੇ, ਉਹ ਇਸ ਕਰਕੇ ਨਹੀਂ ਕਰ ਸਕੇ, ਮੀਂਹ ਬਹੁਤ ਪੈਣ ਦਿਆ ਸੀਗਾ ਜਿਹਦੇ ਕਰਕੇ ਫੋਨ ਵਗੈਰਾ ਸਾਰਾ ਕੁਛ ਪੈਕ ਕਰਕੇ ਰੱਖਿਆ ਹੋਇਆ ਸੀ ਅਸੀਂ। ਇਹ ਆਂਟੀ ਜੀ ਆ,
ਜਿਨ੍ਹਾਂ ਦੇ ਗੈਸਟ ਹਾਊਸ ਦੇ ਵਿੱਚ ਆਪਾਂ ਰੁਕੇ ਸੀ। ਬਹੁਤ ਘੱਟ ਪ੍ਰਾਈਸ ਲਿਆ ਇਹਨਾਂ ਨੇ, ਖਾਣਾ ਬਹੁਤ ਵਧੀਆ ਸੀ। ਆਂਟੀ ਨਮਸਤੇ ਕਰ ਦੋ। ਨਮਸਤੇ, ਆਪਣੇ ਬਾਰੇ ਬਤਾਓ ਕੁਛ, ਆਪਣੇ ਬਾਰੇ ਮੈਂ ਕੁਛ ਬੋਲੋ। ਆਪ ਲੋਗ ਕੈਸੇ ਹੋ ਗਿਆ, ਹਮਾਰਾ ਹੋਮ ਸਿਟਰ ਮਿਲ ਜਾਓ। ਬਹੁਤ ਅੱਛਾ ਹੋਮ ਸਟੇ ਇਨਕਾ, ਬਹੁਤ ਅੱਛਾ ਹੈ, ਨਿਊਮਾ ਮੇ ਹੈ, ਠੀਕ ਹੈ। ਕੋਈ ਵੀ ਯਹਾਂ ਪਰ ਆਏ ਮੈਂ ਇਸਕੀ ਪ੍ਰੋਪਰ ਵੀਡੀਓ ਡਾਲ ਦੂੰਗਾ ਆਪਣੇ ਇੰਸਟਾ ਔਰ ਯੂਟਿਊਬ ਪਰ, ਠੀਕ ਹੈ। ਜਿਸਨੇ ਰੁਕਣਾ ਹੋ ਇਨਕੇ ਪਾਸ ਆ ਕੇ ਰੁਕੇ, ਔਰ ਬਹੁਤ ਕਮ ਪੈਸੋ ਮੈਂ ਔਰ ਬਹੁਤ ਵਧੀਆ ਫੈਸਿਲਿਟੀ ਦਿੱਤੇ ਹੈ। ਹੋਮ ਸਿਟਰ ਕਾ ਨਾਮ ਮਾਊਂਟੇਨ, ਹੋਮ ਸਟੇ ਕਾ ਨਾਮ ਹੈ ਮਾਊਂਟੇਨ, ਮਾਊਂਟੇਨ ਰੈਸਟੋਰੈਂਟ ਵੀ ਹੈ ਇਨਕਾ। ਇਹ ਦੇਖੋ ਯੇ ਰਹਾ। ਔਰ ਜੀ ਆਂਟੀ ਜੀ ਠੀਕ ਹੈ। ਇੱਕ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦੱਸਣ ਜਾ ਰਿਹਾ, ਆਪਣੇ ਮੋਹਾਲੀ ਤੋਂ ਵੀਰ ਆਏ ਆ ਦੋ ਜਣੇ, ਵੈਸੇ ਮਨਾਲੀ ਤੋਂ ਉਹ ਸਾਈਕਲ ਲੈ ਕੇ ਪੰਜਾਬੀ ਵੀਰ ਆ, ਇੱਕ ਤਾਂ ਵੀਰ ਆ ਰਹੇ ਨੇ ਸਿੰਘ ਸਾਹਿਬ ਆਪਣੇ ਪੰਜਾਬ ਤੋਂ, ਇਹ ਤੀਜੇ ਵੀਰ ਆ ਜਿਹੜੇ ਸਾਈਕਲ 'ਤੇ ਮਨਾਲੀ ਤੋਂ ਲੈ ਕੇ ਭਾਅ ਜੀ ਕਿਹੜੀ ਥਾਂ ਤੱਕ ਗਏ ਆ? ਮਨਿੰਗਲਾ, ਉਮਲਿੰਗਲਾ, ਉਮਲਿੰਗਲਾ ਵਰਲਡ ਦੀ ਹਾਈਐਸਟ ਮੋਟਰੇਬਲ ਪਾਸ। ਹਾਂ ਭਾਅ ਜੀ ਸਾਈਕਲ 'ਤੇ ਗਏ ਆ, ਬਹੁਤ ਵੱਡੀ ਗੱਲ ਆ ਵੀ ਇੱਥੇ ਬਾਈਕ 'ਤੇ ਨਹੀਂ ਜਾ ਹੋ ਰਿਹਾ, ਭਾਅ ਜੀ ਹੁਣੀ ਸਾਈਕਲ ਦੇ ਉੱਤੇ, ਇਹ ਹੁਣ ਵਾਪਸ ਜਾ ਰਹੇ ਆ ਨਿਊਮਾ ਤੋਂ, ਉੱਥੋਂ ਵਾਪਸ ਆ ਗਏ ਸੀਗੇ, ਨਿਊਮਾ ਰੁਕੇ ਸੀਗੇ, ਇਹਨਾਂ 'ਤੇ ਸਾਈਕਲ ਲੋਡ ਹੋ ਰਹੇ ਆ। ਅਤੇ ਭਾਅ ਜੀ ਹੁਣ ਸਾਈਕਲ ਇਹ ਕਿੱਥੇ ਲੈ ਕੇ ਜਾ ਰਹੇ ਆ? ਵਾਪਸ ਘਰੇ। ਇਹ ਮਨਾਲੀ ਤੱਕ ਜਾਊਗੇ ਜਾਂ ਅੱਛਾ ਇਹ ਲੇਹ ਤੱਕ ਤੁਹਾਨੂੰ ਛੱਡਣਗੇ? ਅਤੇ ਵੈਸੇ ਇਹ ਵੀਰ ਹੋਕੀ ਕੋਚ ਨੇ ਭਾਅ ਜੀ, ਹੋਕੀ ਕੋਚ ਪੰਜਾਬ ਦੇ ਬਠਿੰਡੇ ਤੋਂ ਹੋਕੀ ਕੋਚ ਨੇ। ਭਾਅ ਜੀ ਸਾਈਕਲ ਚਲਾ ਕੇ ਕਿਹੜੀ ਥਾਂ 'ਤੇ ਗਏ ਆ? ਭਾਅ ਜੀ ਅਸੀਂ ਪਹੁੰਚਣਾ ਸੀ ਉਮਲਿੰਗਲਾ ਤੱਕ, ਅਤੇ ਅਸੀਂ ਕੱਲ੍ਹ ਉਹ ਫਤਿਹ ਕਰ ਲਿਆ ਕੰਮ। ਅੱਛਾ ਅੱਛਾ। ਅਤੇ ਅੱਜ ਹੁਣ ਬਸ ਘਰੇ ਵਾਪਸੀ ਆ। ਅਤੇ ਭਾਅ ਜੀ ਆਪਣੇ ਬਾਰੇ ਮਾੜਾ ਮੋਟਾ ਦੱਸ ਦਿਓ। ਮੈਂ ਇੱਕ ਬਾਸਕਟਬਾਲ ਕੋਚ ਹਾਂ ਜੀ ਬਾਈ ਪ੍ਰੋਫੈਸ਼ਨ। ਹਾਂਜੀ। ਅਤੇ ਜਿਹੜਾ ਮੇਰੇ ਨਾਲ ਮੁੰਡਾ ਹਾਕੀ ਕੋਚ ਹੈ। ਹਾਂਜੀ ਹਾਂਜੀ, ਉਹ ਵੀਰ ਖੜੇ ਆ ਨਾਲ। ਅਤੇ ਇਹ ਦੋਨੇ ਵੀਰ ਪੰਜਾਬ ਸਪੋਰਟਸ ਡਿਪਾਰਟਮੈਂਟ 'ਚ ਕੰਮ ਕਰਦੇ ਆ ਦੋਨੇ। ਹਾਂਜੀ। ਅਤੇ ਸਾਈਕਲਿੰਗ ਦਾ ਸ਼ੌਂਕ ਸੀਗਾ। ਹਾਂਜੀ ਹਾਂਜੀ। ਅਤੇ ਪਹਿਲਾਂ 2021 'ਚ ਕਰਦੂੰਗਾ ਦਾ ਪਾਸ ਕੀਤਾ। ਹਾਂਜੀ। ਅਤੇ ਉਸ ਤੋਂ ਬਾਅਦ ਹੁਣ 23 'ਚ ਫਿਰ ਉਮਲਿੰਗਲਾ। ਸਹੀ ਗੱਲ ਆ। ਮੇਨ ਇਹ ਆ ਵੀ ਇਹ ਦੋਨੇ ਪੰਜਾਬੀ ਭਰਾ ਆ, ਇਹ ਤੀਜੇ ਬੰਦੇ ਆ, ਤੀਜੇ ਪੰਜਾਬੀ ਆ ਜਿਹੜੇ ਸਭ ਤੋਂ ਹਾਈ ਆਲਟੀਟਿਊਡ ਤੇ ਗਏ ਆ, ਹਾਈਐਸਟ ਮੋਟਰੇਬਲ ਪਾਸ। ਹਾਂਜੀ ਹਾਂਜੀ। ਤੇ ਜਗ੍ਹਾ ਕਿਹੜੀ ਸੀਗੀ ਉਹ ਭਾਈ ਦੱਸ ਦਿਓ? ਕਿਹੜੀ ਜਿੱਥੇ ਤੁਸੀਂ ਗਏ ਸੀਗੇ? ਉਮਲਿੰਗਲਾ ਪਾਸ। ਉਮਲਿੰਗਲਾ ਪਾਸ, ਹਾਈਐਸਟ ਮੋਟਰੇਬਲ ਪਾਸ ਇਨ ਦਾ ਵਰਲਡ। ਵੈਸੇ ਜਾਣ ਦਾ ਸਾਡਾ ਵੀ ਦਿਲ ਕਰ ਰਿਹਾ ਬਾਈਕਸ ਤੇ, ਬਟ ਸਾਹ ਲੈਣ 'ਚ ਸਾਨੂੰ ਇੱਥੇ ਪ੍ਰੋਬਲਮ ਆ ਗਿਆ ਸੀਗਾ, ਰਹਿਣ ਹੀ ਦਿੰਦੇ ਹਾਂ। ਬਟ ਭਾਈ ਹੁਣਾਂ ਵੱਲ ਦੇਖ ਕੇ ਨਾ ਮੋਟੀਵੇਸ਼ਨ ਆਉਂਦੀ ਆ ਕਿ ਯਾਰ ਅਸੀਂ ਵੀ ਕੁਛ ਕਰੀਏ, ਅਸੀਂ ਤਾਂ ਬਾਈਕਸ 'ਤੇ ਆਏ ਹਾਂ, ਫਿਰ ਵੀ ਸਾਡਾ ਬੁਰਾ ਹਾਲ ਹੋਇਆ ਪਿਆ ਭਾਅ ਜੀ, ਹੁਣੀ ਸਾਈਕਲ ਦੇ ਉੱਤੇ ਜਾਂ ਸੋਚਣ ਵਾਲੀ ਗੱਲ ਆ। ਅਤੇ ਸਲਿਊਟ ਆ ਭਾਅ ਜੀ ਤੁਹਾਨੂੰ, ਬਹੁਤ ਬਹੁਤ। ਇਹ ਸਾਰੀ ਵੀਡੀਓ ਤੁਸੀਂ ਟਰੈਵਲ ਵਿਦ ਐਮੀ ਮੇਰੇ ਯੂਟਿਊਬ ਚੈਨਲ ਦੇ ਉੱਤੇ ਦੇਖਿਓ। ਜ਼ਰੂਰ ਜ਼ਰੂਰ ਭਾਅ ਜੀ, ਫੋਲੋ ਕਰਾਂਗਾ ਤੁਹਾਨੂੰ। ਠੀਕ ਹੈ ਭਾਅ ਜੀ, ਥੈਂਕ।